ਤੇ ਆ ਕਤੂਰੇ ਦੀ ਮੈਂ ਕਲਿੱਪ ਦੇਖੀ ਆ ਇੱਕ, ਮੈਂ ਚਾਹੁੰਦਾ ਨਹੀਂ ਸੀ ਵੀ ਇਸ ਬੰਦੇ ਨਾਲ ਇਹੋ ਜਿਹੀ ਵਰਡਿੰਗ ਯੂਜ਼ ਕਰਨੀ ਚਾਹੀਦੀ ਹੈ, ਤੇ ਪਰ ਜਿੱਦਾਂ ਦੀ ਵਰਡਿੰਗ ਸਟੇਜ ਤੋਂ ਇਹ ਯੂਜ਼ ਕਰਨ ਲੱਗ ਗਿਆ ਕਿ ਸਾਲਾ ਜਾਂ ਇੱਕ ਕਲੰਨ ਵਰਡ, ਜਾਂ ਥੋੜ੍ਹੇ ਦਿਨ ਪਹਿਲਾਂ ਸਾਨੂੰ ਦਿਖਾ ਰਿਹਾ ਕਿ ਕੀ ਪੱਟ ਲਿਆ, ਇਹੋ ਜਿਹੇ ਕਲਚਰ 'ਚ ਮੈਂ ਪਲਿਆ ਨਹੀਂ ਗਾ ਕਤੀੜੇ, ਤੈਨੂੰ ਪੰਜਾਬੀ 'ਚ ਸਮਝਾ ਰਿਹਾ। ਹੁਣ ਜੇ ਤੂੰ ਸਾਲੇ ਦੀ ਗੱਲ ਕਰਦਾ, ਸਾਲੇ ਦਾ ਮਤਲਬ ਇਹ ਹੁੰਦਾ ਵੀ ਜਿਹਨੂੰ ਬੰਦਾ ਕੋਈ ਰਿਸ਼ਤੇਦਾਰੀ ਬਣਦੀ ਹੋਵੇ, ਤੁਸੀਂ ਸਮਝਦੇ ਹਾਂ, ਤੇਰੇ ਵਰਗੇ ਗੰਦ ਨਾਲ ਕੁੱਤਾ ਨਹੀਂ ਤੋਰਦੇ ਅਸੀਂ, ਇਹ ਗੱਲ ਦਿਮਾਗ 'ਚ ਰੱਖੀ। ਅਤੇ ਜੇ ਐਡੀ ਗੱਲ ਆ ਸਾਲੇ ਦੀ, ਮੈਂ ਪੰਜਾਬ ਪ੍ਰਸ਼ਾਸਨ ਦਾ ਰਿਸਪੈਕਟ ਕਰਦਾ, ਅੱਜ ਤੱਕ ਮੈਨੂੰ ਲੱਗਦਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਕਦੇ ਮੈਂ ਅੱਜ ਤੱਕ ਕਦੇ ਕੋਈ ਇੱਦਾਂ ਦੀ ਗੱਲਬਾਤ ਨਹੀਂ ਕੀਤੀ ਸਟੇਜ ਦੇ ਉੱਪਰੋਂ ਜਿਹਦੇ ਕਰਕੇ ਲੱਗੇ ਕਿ ਮੈਂ ਕਿਸੇ ਦੀ ਡਿਸਰਿਸਪੈਕਟ ਕਰ ਰਿਹਾ, ਪਰ ਤੂੰ ਡਿਜ਼ਰਵ ਕਰਦਾ, ਗਾਣੇ ਗਾ ਜੀ ਸਦਕ ਗਾ, ਤੈਨੂੰ ਘਰੋਂ ਰਿਸਪੈਕਟ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਤੇਰੀ ਔਕਾਤ ਹੀ ਨਹੀਂ ਭਰਾ। ਸਹੀ ਦੱਸਾਂ ਮੈਂ ਤੈਨੂੰ, ਗਾਲਾਂ ਬਹੁਤ ਗੰਦੀਆਂ ਆਉਂਦੀਆਂ ਨੇ ਭਰਾ ਜਿੱਥੇ ਅਸੀਂ ਰਹਿੰਦੇ ਹਾਂ, ਪਰ ਮੈਂ ਰਿਸਪੈਕਟ ਕਰਦਾ ਤੇਰੇ ਪੇਰੈਂਟਸ ਨੇ, ਮਾਤਾ ਆ ਸਾਡੀ, ਅਤੇ ਮਾਵਾਂ ਨੂੰ ਗਲਤ ਬੋਲਣਾ ਜਾਂ ਭੈਣਾਂ ਦੇ ਲਈ ਜਿਹੜੀ ਤੂੰ ਆ ਗਾਲ ਜਿਹੜੀ ਤੂੰ ਯੂਜ਼ ਕਰ ਰਿਹਾ ਨਾ, ਜੇ ਵਾਕਿਆ ਹੀ ਸਰਦਾਰ ਹਾਂ ਅਤੇ ਜਦੋਂ ਹੁਣ ਮਿਲੇਗਾ ਆਹੀ ਗਾਲ ਮੂਹਰੇ ਬੈਠ ਕੇ ਕੱਢ ਕੇ ਦਿਖਾ ਮੇਰਾ ਵੀਰ, ਆਈ ਇੰਡੀਆ ਤੂੰ ਆ ਜਾਣਾ। ਮੈਂ ਫਿਰ ਤੋਂ ਬੇਨਤੀ ਕਰਦਾ, ਆਈ ਲਵ ਆਈ ਰਿਸਪੈਕਟ ਪ੍ਰਸ਼ਾਸਨ, ਪਰ ਵੀਰੇ ਆਪਾਂ ਬੈਠਾਂਗੇ ਅਤੇ ਆਈ ਤੂੰ ਮੂਹਰੇ ਬੈਠ ਕੇ ਗਾਲ ਕੱਢ ਕੇ ਦਿਖਾਈ, ਫਿਰ ਤੈਨੂੰ ਮੈਂ ਅਸਲੀ ਮਰਦ ਮੰਨੂੰਗਾ ਵੀ ਤੂੰ ਅਸਲੀ ਮਰਦ ਆ ਜਿਹੜੇ ਗਟਸ ਰੱਖਦੇ ਆ। ਚੌਥੇ ਦਿਨ ਬਕਵਾਸ ਮਾਰਨੀ, ਮੈਂ ਯੇ ਕਰਤਾ ਮੈਂ ਵੋ ਕਰਤਾ, ਤੈਥੋਂ ਡੱਕਾ ਨਹੀਂ ਹੋਣਾ, ਲਿਖ ਕੇ ਕਹਿੰਦਾ ਲਿਖ ਕੇ ਸਹਿਮਤ ਕਰਦਾ, ਤੈਥੋਂ ਡੱਕਾ ਵੀ ਨਹੀਂ ਹੋਣਾ, ਤੂੰ ਘੁੰਮਦਾ ਕਾਫਲਿਆਂ ਚ, ਹੁਣ ਵੀ ਮਲੋੜ ਤੋਂ ਸ਼ੋਅ ਲਾ ਕੇ ਵਾਪਸ ਜਾ ਰਿਹਾ, ਆਹ ਤਿੰਨ ਬੰਦੇ ਆ ਗੱਡੀ ਚ ਅਸੀਂ, ਵਾਹਿਗੁਰੂ ਦੀ ਮਿਹਰ ਆ ਇੰਨੀ ਕੁ, ਭਰਾਵਾਂ ਤੇ ਮਾਣ ਪੰਜਾਬ ਦੇ ਪ੍ਰਸ਼ਾਸਨ ਤੇ ਮਾਣ ਆ, ਬਾਰ ਬਾਰ ਕਹਿ ਰਿਹਾ, ਪਰ ਤੇਰੇ ਵਰਗੀਆਂ ਲੰਡਰ ਕਤੀੜਾ ਨਾ ਛੱਤੀ ਭੌਂਕਦੀਆਂ ਇੱਥੇ, ਵਾਹਿਗੁਰੂ ਦੀ ਮਿਹਰ ਨਾ 13 ਸਾਲ ਹੋ ਗਏ, ਹਜੇ ਤੱਕ ਤਾਂ ਬਾਬੇ ਨੇ ਮਿਹਰ ਰੱਖੀ ਆ, ਅੱਗੇ ਵੀ ਇਹੀ ਯਕੀਨ ਆ। ਬਾਕੀ ਮੈਂ ਆਡੀਅੰਸ ਦੀ ਵੀ ਰਿਸਪੈਕਟ ਕਰਦਾ ਕਿ ਵੀਰੇ ਜਿਹੜਾ ਬੰਦਾ ਸਟੇਜ ਤੋਂ ਖੜ ਕੇ ਜਦੋਂ ਸਾਡੀਆਂ ਭੈਣਾਂ ਮੂਹਰੇ ਬੈਠੀਆਂ ਨੇ ਜਾਂ ਸਾਡੀਆਂ ਮਾਵਾਂ ਬੈਠੀਆਂ ਨੇ, ਅਕਲਨ ਮੇਰਾ ਕੀ ਪੱਟ ਲਿਆ ਜਾਂ ਆਹ ਵਰਡ ਯੂਜ਼ ਕਰਦਾ ਨਾ, ਉਹ ਚਪਲੀਆਂ ਦਾ ਹੱਕਦਾਰ ਹੁੰਦਾ ਅਸਲੀਅਤ ਦੇ ਵਿੱਚ। ਸੋ ਮਾੜਾ ਜਿਹਾ ਸੋਚ ਨੂੰ ਹੱਥ ਮਾਰੀਦਾ ਹੁੰਦਾ ਮੇਰਾ ਵੀਰ, ਜੇ ਕਿਤੇ ਮੈਂ ਵੀ ਇਹੋ ਜਿਹੀ ਗੱਲ ਕਰਾਂ ਤਾਂ ਮਤਲਬ ਵੀ ਠੀਕ ਆ, ਮੈਂ ਵੀ ਉਹਦਾ ਹੱਕਦਾਰ ਹੋਊਂਗਾ। ਰਹੀ ਇੰਡਸਟਰੀ ਦੀ ਗੱਲ, ਰਿਸਪੈਕਟ ਕਰਨੀ ਸਿੱਖ, ਤੂੰ ਵੀ ਕੁੱਤੇ ਆ। ਰਹੀ ਗੱਲ ਇੰਡਸਟਰੀ ਦੀ, ਬਾਬੇ ਦੀ ਮਿਹਰ ਨਾਲ ਇਹ ਸਾਰੀ ਭਰਾ ਵਸਦੇ ਨੇ, ਸਾਰੇ ਜੱਟ ਨੇ, ਤੂੰ ਇਕੱਲਾ ਜੱਟ ਨਹੀਂ। ਤੂੰ ਕਿਤੇ ਚੌਥੇ ਦਿਨ ਮੈਂ ਧੱਕਤੀ, ਮੈਂ ਯੇ ਕਰਤਾ ਮੈਂ ਵੋ ਕਰਤਾ, ਉਹ ਤੈਥੋਂ ਡੱਕਾ ਨਹੀਂ ਹੋਣਾ, ਉਹ ਕਤੀੜੇ ਡੱਕਾ ਨਹੀਂ ਹੋਣਾ, ਆ ਜੱਟ ਨਹੀਂ ਤੈਥੋਂ ਧੱਕਿਆ ਜਾਣਾ, ਵਾਹਿਗੁਰੂ ਤੋਂ ਡਰ ਕੇ ਕਹਿੰਦਾ। ਔਰ ਮੈਂ ਆਡੀਅੰਸ ਨੂੰ ਰਿਸਪੈਕਟਫੁਲੀ ਬੇਨਤੀ ਕਰਦਾ ਕਿ ਵੀਰੇ ਜਿਹੜੇ ਟੀਨ ਏਜ ਦੇ ਜਵਾਕ ਨੇ, ਕਿ ਭਰਾ ਥੋੜਾ ਦਿਮਾਗ ਤੋਂ ਸੋਚਿਆ ਕਰੋ, ਗਾਣੇ ਸੁਣੋ ਜੀ ਸਦਕੇ, ਸਾਨੂੰ ਕੋਈ ਪ੍ਰੋਬਲਮ ਨਹੀਂ, ਪਰ ਜੇ ਚੌਥੇ ਦਿਨ ਬੰਦਾ ਕਰਦਾ ਕਿ ਮੰਦਰ ਵਾੜ ਤੇ ਮੈਂ ਯੇ ਕਰਤਾ, ਉਹ ਤੈਥੋਂ ਡੱਕਾ ਨਹੀਂ ਹੋਣਾ, ਡੱਕਾ ਵੀ ਨਹੀਂ ਹੋਣਾ, ਕਰ ਆ ਕੇ ਮੈਂ ਸਾਰੀ ਇੰਡਸਟਰੀ ਦੇ ਵੱਲੋਂ ਤੈਨੂੰ ਕਹਿੰਦਾ, ਮੈਂ ਹਰੇਕ ਸਿੰਗਰ ਨਾਲ ਵਰਤਦਾ, ਨੀਵਾਂ ਹੋ ਕੇ ਮਿਲਦਾ, ਸਾਡੇ ਭਰਾ ਨੇ ਸਾਰੇ, ਇੱਜ਼ਤ ਕਰਨੀ ਸਿੱਖ ਤਾਂ ਤੇਰੀ ਹੋਊਗੀ, ਨਹੀਂ ਤੈਨੂੰ ਧੱਕੇ ਹੀ ਪੈਣੇ ਆ। ਕਾਫਲੇ 'ਚ ਤੂੰ ਘੁੰਮਦਾ ਅਸੀਂ ਨਹੀਂ ਘੁੰਮਦੇ। ਸਾਡੇ ਕਿਸੇ ਭਰਾ ਦਾ ਵਿਆਹ ਹੋਇਆ ਸੀ, ਉਹ ਰਿਸਪੈਕਟਫੁਲੀ ਕਾਰਡ ਦੇ ਕੇ ਗਿਆ, ਉੱਥੇ ਸਾਰੇ ਹੀ ਜਾਂਦੇ ਨੇ ਕਿਉਂਕਿ ਗੱਲ ਬਣਦੀ ਦੀ ਹੁੰਦੀ ਆ, ਜਦੋਂ ਕਿਸੇ ਨਾਲ ਬਣਦੀ ਹੋਵੇ ਤੇ ਉੱਥੇ ਸਭ ਦਾ ਜਾਣਾ ਬਣਦਾ, ਤੇ ਤਾਂ ਸਾਰੇ ਚੱਲ ਕੇ ਉਹ ਸਰਸੇ ਗਏ ਨੇ 1 ਕਿਲੋਮੀਟਰ ਕਰਕੇ। ਉਸ ਬੰਦੇ ਨੇ ਆਪਦੇ ਵਿਆਹ ਤੇ 1.5-2 ਕਰੋੜ ਰੁਪਇਆ ਖਰਚਿਆ, ਚੱਲ ਉਹਦੀ ਵਿਸ਼ ਸੀਗੀ, ਉਹਨੇ ਖਰਚ ਲਿਆ ਤੇ ਬੰਦੇ ਨੇ ਇੰਜੋਏ ਕੀਤਾ, ਤੈਨੂੰ ਕਦੀ ਤਕਲੀਫ ਆ ਬਈ, ਤੇਰੇ ਕੋਲੋਂ ਫਿਰ ਤੂੰ ਖਰਚ ਲਈ, ਤੈਨੂੰ ਕਿਉਂ ਲੱਗਦਾ ਵੀ ਤੇਰੇ ਲਈ ਇਕੱਠੇ ਹੋ ਰਹੇ ਆ ਸਾਰੇ। ਉਹਦਾ ਵਿਆਹ ਸੀ, ਉਹਦੇ ਵਿਆਹ ਤੇ ਖੁਸ਼ੀਆਂ ਮਨਾ ਰਹੇ ਸੀਗੇ, ਤੇਰੇ ਕਰਕੇ ਨਹੀਂ ਕੋਈ ਇਕੱਠਾ ਹੋਇਆ ਉੱਥੇ, ਇਹ ਮਨ ਚੋਂ ਵਹਿਮ ਕੱਢ ਆਪਦੇ ਵੀ ਤੂੰ ਹੀ ਇਕੱਲਾ ਇੱਥੇ ਸਾਹ ਤੁਰਿਆ ਫਿਰਦਾ, ਇਕੱਲਾ ਹੀ ਨੇ, ਗੱਲਾਂ ਨੇ, ਮੈਂ ਤੈਨੂੰ ਫੇਰ ਕਹਿ ਰਿਹਾ ਛੱਡ ਪਰਾ, ਬੰਦਿਆਂ ਨੂੰ ਰਿਹਾ ਕਰ, ਇੰਡਸਟਰੀ ਨੂੰ ਪਿਆਰ ਕਰ, ਤੈਨੂੰ ਵੀ ਕਰਨਗੇ, ਸਮਝਦਾ, ਬਾਕੀ ਤੇਰੀ ਮਰਜ਼ੀ ਆ। ਜੇ ਮਤਲਬ ਜੇ ਫਿਰ ਵੀ ਤੈਨੂੰ ਅਕਲ ਨਹੀਂ ਆਉਣੀ, ਔਰ ਮੈਂ ਰਿਕੁਐਸਟ ਕਰਦਾ ਫਿਰ ਤੂੰ ਪੇਜ, ਬਾਕੀ ਪੇਜਾਂ ਵਾਲੇ ਭਰਾਵਾਂ ਨੂੰ ਵੀਰੇ ਬੇਨਤੀ ਕਰਦਾ, ਸਹੀ ਲਿਖਿਆ ਕਰੋ ਯਾਰ, ਮਤਲਬ ਮੈਂ ਤੁਹਾਨੂੰ ਗਲਤ ਨਹੀਂ ਬੋਲਦਾ,
ਤੁਸੀਂ ਭਰਾ ਹੋ ਚਲੋ ਪਰ ਸਹੀ ਲਿਖਿਆ ਕਰੋ, ਸਹੀ ਨੂੰ ਸਹੀ ਕਿਹਾ ਕਰੋ, ਇਹ ਚੀਜ਼ਾਂ ਬਣਦੀਆਂ ਨਹੀਂ। ਇੱਕ ਸ਼ਹਿਰ ਦੇ ਵਿੱਚ ਮੰਨ ਲਓ ਕਿਸੇ ਸਿਟੀ 'ਚ 10 ਆੜ੍ਹਤੀਏ ਬੈਠੇ ਆ, ਜੇ ਇੱਕ ਆੜ੍ਹਤੀਆ ਹਰ ਇੱਕ ਗੱਲ ਯਾਰ ਹੋਰ ਭੁੱਲ ਗਿਆ ਸੋਰੀ, ਮਗਾ ਇਹ ਵੀ ਕਹੀ ਦੱਸ ਹੀ ਦਈਏ, ਥੱਪੜ ਤਾਂ ਨਹੀਂ ਮਾਰਿਆ ਤਾਂ ਇੱਥੋਂ ਵੱਜਣਾ ਨਹੀਂ, ਸੱਚੀ ਨਹੀਂ ਤਾਂ ਇੱਥੋਂ ਵੱਜਣਾ, ਸੱਚੀ ਥੱਪੜ ਮਾਰ ਲਈ ਯਾਰ ਤੈਨੂੰ ਕੀ ਕਹਾਂ ਮੈਂ, ਸਾਲਾ ਥੱਪੜ ਇਹ ਨਹੀਂ ਹੋਣਾ। ਮੈਂ ਰਿਸਪੈਕਟ ਕਰਦਾ, ਗਾਲਾਂ ਮੈਂ ਵੀ ਕੱਢ ਸਕਦਾ, ਪਰ ਆਈ ਰੀਅਲੀ ਰਿਸਪੈਕਟ ਯਾਰ, ਭੈਣ ਨੂੰ ਕਿਸੇ ਨੂੰ ਗਾਲ ਕੱਢਣੀ ਜਾਂ ਆਪਣਾ ਮਾਂ ਨੂੰ ਕੱਢਣੀ, ਇਹ ਮੈਂ ਬਣਾ ਕੇ ਨਹੀਂ ਕਹਿ ਰਿਹਾ, ਇਹ ਮੇਰੀ ਫਿਤਰਤ ਆ, ਮੈਂ ਕੱਢਦਾ ਨਹੀਂ, ਸੱਚੀ ਨਹੀਂ ਕੱਢਦਾ, ਤਾਂ ਤੈਨੂੰ ਕੱਢੂੰਗਾ ਵੀ ਨਹੀਂ ਕਦੇ ਸਟੇਜ ਤੋਂ, ਮੈਂ ਨਹੀਂ ਕੱਢੂੰਗਾ, ਪਰ ਤੇਰੀ ਔਕਾਤ ਇੰਨੀ ਕੀ ਆ ਵੀ ਤੂੰ ਆਹੀ ਕੁਛ ਕਰ ਸਕਦਾ, ਇੰਨੀ ਕੀ ਅਕਲ ਆ ਤੇਰੀ, ਬਸ ਸਟੇਜ 'ਤੇ ਖੜ੍ਹ ਕੇ ਜਿਹੜੀ ਤੂੰ ਗਾਲ ਕੱਢ ਲਈ ਆ ਸਾਲੇ ਵਾਲੀ ਜਾਂ ਦੂਜੀ ਆਹ ਪੱਟ ਲਓ ਜੇ, ਇਹ ਸੱਚੀ ਨਹੀਂ ਹੋਣਾ ਸਾਡੇ ਤੋਂ, ਮੈਂ ਤਾਂ ਕਰਕੇ, ਪਰ ਮੇਰੀ ਮਜਬੂਰੀ ਆ ਕਿ ਮੈਨੂੰ ਕਹਿਣਾ ਹੀ ਪਿਆ ਤੇਰੇ ਵਰਗੇ ਨਾ।